ਗੱਲ ਚ ਵਸਦੇ ਮੈਲ ਉਜਾੜੇ ਲਾਲਚ ਧਰਮ ਗੁਆਵੇ ਪਾਈਆਂ ਕੋਲੋਂ ਪਾਈ ਆਪਣਾ ਲਾਲਚ ਕਤਲ ਕਰਾਵੇ ਲੁਧਿਆਣੇ ਜ਼ਿਲ੍ਹੇ ਦੀ ਸੁਣਾਵਾਂ ਵਾਰਤਾ ਜਿੱਥੇ ਇੱਕ ਸੱਸ ਨੇ ਜੁਆਈ ਮਾਰਤਾ ਕੇਰ ਸਿੰਘ ਪਤੀ ਜੱਟੀ ਰਾਮ ਕੌਰ ਦਾ ਵੱਡਤਾ ਗੰਡਾਸੇ ਨਾਲ ਗਲ ਪੌਰਦਾ ਪਹਿਲੀ ਵਾਰੀ ਲੈਣ ਗਿਆ ਰਾਮ ਕੌਰ ਨੂੰ ਗਾਲਾਂ ਕੱਢ ਸੱਸ ਮੋੜ ਦਿੱਤਾ ਪੌਰ ਨੂੰ ਤੂੰ ਨੱਤ ਗਾਦਾ ਤੇਰਾ ਨੰਗਾ ਹਾਲ ਕੀ ਗੋਪਤੀ ਮਗਰ ਤੇਰੇ ਲਾ ਕੇ ਬਾਲਕੀ ਗੋਲੀ ਵਾਂਗ ਸੀਨੇ ਖੁੱਬੇ ਬੋਲ ਸੱਸ ਦੇ ਹਾਏ ਗੋਲੀ ਵਾਂਗ ਸੀਨੇ ਖੁੱਬੇ ਬੋਲ ਸੱਸ ਦੇ ਤੁਰ ਗਿਆ ਕੇਰ ਸਿੰਘ ਲੋਕੀ ਹੱਸਦੇ ਮਾਡਲੇ ਦੀ ਛਾਉਣੀ ਜਾ ਕੇ ਹੋਇਆ ਪਰਤੀ ਪੈਸੇ ਤਾਂ ਕਮਾਉਣ ਵਾਲੀ ਕਥਾ ਕਰਤੀ ਛੁੱਟੀ ਲੈ ਕੇ ਸਾਲ ਪਿੱਛੋਂ ਸੌਰੀ ਆ ਗਿਆ ਹੋ ਛੁੱਟੀ ਲੈ ਕੇ ਸਾਲ ਪਿੱਛੋਂ ਸੌਰੀ ਆ ਗਿਆ ਸੁਮਾ ਦੇਖ ਸੱਸ ਨੂੰ ਲਾਲਚ ਖਾ ਗਿਆ ਪੰਜ ਛੇ ਹਜ਼ਾਰ ਦੇਖ ਨਿਗਾ ਫੁੱਲ ਗਈ ਸੱਸ ਤਾਂ ਜੁਆਈ ਵਾਲਾ ਨਾ ਤਾਂ ਭੁੱਲ ਗਈ ਕੁੱਤਾ ਨੂੰ ਸਿਖਾਵੇ ਪਾ ਕੇ ਵਾਲ ਵਿੰਗ ਨੂੰ ਓ ਕੁੱਤਾ ਨੂੰ ਸਿਖਾਵੇ ਪਾ ਕੇ ਵਾਲ ਵਿੰਗ ਨੂੰ ਸੁੱਤੇ ਨੂੰ ਵੜਾ ਤਾਂ ਉਹਨੇ ਕੇਰ ਸਿੰਘ ਨੂੰ ਰਾਮ ਕੌਰ ਕਰ ਮਿਹਨਤਾਂ ਬਥੇਰੀਆਂ ਡਰ ਦੀ ਨਾ ਬੂੜੀ ਦੇਵੇ ਹੱਲਾ ਸ਼ੇਰੀਆਂ ਲੋਕਾਂ ਕੋਲੇ ਰੌਲਾ ਰਾਮ ਕੌਰ ਪਾਇਆ ਸੀ ਲੋਕਾਂ ਕੋਲੇ ਰੌਲਾ ਰਾਮ ਕੌਰ ਪਾਇਆ ਸੀ ਦੂਜੇ ਦਿਨ ਪਿੰਡ ਵਿੱਚ ਥਾਣਾ ਆਇਆ ਸੀ ਥਾਣੇਦਾਰ ਆਉਂਦਿਆਂ ਬੁੜੀ ਨੂੰ ਟਾਲਿਆ ਟਿੱਬਿਆਂ ਦੇ ਵਿੱਚੋਂ ਲਾਸ਼ ਨੂੰ ਕਢਾ ਲਿਆ ਸੱਸ ਤੋਂ ਜੁਆਈ ਮਰਵਾ ਤਾਂ ਪੈਸੇ ਨੇ ਹਾਏ ਸੱਸ ਤੋਂ ਜੁਆਈ ਮਰਵਾ ਤਾਂ ਪੈਸੇ ਨੇ ਬੁੜੀ ਤਾਈ ਕੈਦ ਕਰਵਾ ਤਾਂ ਪੈਸੇ ਨੇ ਮਨ ਦਾ ਤਰੀਕੇ ਵਾਲਾ ਰੱਬੇ ਪਾਣੇ ਨੂੰ ਬੰਨੇ ਅਟਬਰ ਸਾਰਾ ਜਾਵੇ ਠਾਣੇ ਨੂੰ ਬੰਨੇ ਅਟਬਰ ਸਾਰਾ ਜਾਵੇ ਠਾਣੇ ਨੂੰ।